यहाँ आकर बहुत अच्छा लगा, बहुत ज्यादा प्यार मिला मुझे, बहुत बहुत धन्यवाद। कितनी खुशी हुई है? हाँ जी, बहुत ज्यादा खुशी हुई क्योंकि मैं इस नकुटर में एक पावन धरती है बहुत बड़ा, तो मेरे को यहाँ आने का मौका दिया, यहाँ का प्रधान जी ने दंगल में बुलाया मुझे, बहुत बहुत शुक्रिया प्रधान जी का भी, यहाँ का कमेटी को भी। सब तो पहला तो श्री दयाल सिंह सरदार भगत सिंह के जन्मदिन दिया सारियां नूं लख लख वधाइयां। मैं एडवोकेट गौरव नागराज, श्री दयाल सिंह सरदार भगत सिंह स्पोर्ट्स क्लब वालों असीं हर साल की तरह इस शहीद भगत सिंह की याद नूं समर्पित उन्होंने जन्मदिन दिहाड़े के संबंध में छिंज मेला करवाने हां। इस बारी यह 17वां छिंज मेला जी, तो ये नाल ही मैं सारी आई हुई संगत का धन्यवाद करता हाँ और लोगों को लख लख वधाई देना जी। हाँ जी, ये बड़िया कुश्तियाँ तो नाम जिदा 15 लाख रुपए रखे गए आ। पहली एक नंबर की कुश्ती पहलवान मिर्जा रान प्रवीण कुहारी, पहलवान राजू राइयेवाल, पहलवान अजय गुजर बारन, पहलवान बड़ा जस्सा बाड़ोवाल, पहलवान बाज रौली। दर्शकों के लिए स्पैशल आकर्षण का केंद्र एक देवा थापा की पहलवान की कुश्ती भी हैगी है जी।
ਉਹ ਵੀ ਲੋਕਾਂ ਨੇ ਬਹੁਤ ਚਰਚਾ ਦਾ ਵਿਸ਼ਾ ਵਾ, ਬਹੁਤ ਲੋਕ ਪਸੰਦ ਕਰ ਰਹੇ ਉਹਨੂੰ, ਕਿਉਂਕਿ ਆਪਣੇ ਏਰੀਏ ਦੇ ਵਿੱਚ ਦੁਆਬੇ ਏਰੀਏ 'ਚ ਉਹ ਪਹਿਲਾਂ ਕਦੇ ਆਏ ਨਹੀਂ ਹੈਗੇ। ਸਾਰੇ ਲੋਕਾਂ ਨੇ ਉਹਨਾਂ ਨੂੰ ਅੱਜ ਤੱਕ ਯੂਟਿਊਬ 'ਤੇ ਹੀ ਦੇਖਿਆ ਸੀਗਾ, ਪਹਿਲੀ ਵਾਰੀ ਅੱਜ ਲਾਈਵ ਦੇਖ ਰਹੇ ਆ, ਉਹਦੇ ਕਰਕੇ ਵੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵਾ ਉਹਨੂੰ ਦੇਖਣ ਵਾਸਤੇ। ਆਈ ਹੋਈ ਸਾਧ ਸੰਗਤ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ, ਦੇਖੋ ਇੰਨੀ ਗਰਮੀ ਦੇ ਵਿੱਚ ਵੀ ਇੱਥੇ ਆਣ ਕੇ ਬੈਠੇ ਆ, ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਮੈਂ। ਸਭ ਤੋਂ ਪਹਿਲਾਂ ਤਾਂ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਅੱਜ ਦਾ ਜਿਹੜਾ ਇਹ ਛਿੰਝ ਮੇਲਾ ਚੱਲ ਰਿਹਾ, 17ਵਾਂ ਛਿੰਝ ਮੇਲਾ ਚੱਲ ਰਿਹਾ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸਹਿਤਈ ਨਕੋਦਰ ਵੱਲੋਂ ਜਿਹੜਾ ਲਗਾਤਾਰ 17ਵਾਂ ਸਾਲ ਜਿਹੜਾ ਅੱਜ ਛਿੰਝ ਮੇਲਾ ਹੋ ਰਿਹਾ, ਸੰਗਤਾਂ ਦਾ ਹਮਾ ਕੇ ਠਾਠਾ ਮਾਰਦਾ ਕੱਥ ਐਨ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਚੱਲ ਰਿਹਾ ਇਹ ਜਿਹੜਾ ਛਿੰਝ ਮੇਲਾ, ਨੌਜਵਾਨਾਂ ਨੂੰ ਸੇਧ ਦੇਣ ਲਈ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਅਤੇ ਆਉਣ ਵਾਲੇ ਸਮੇਂ ਵਾਸਤੇ ਜਿਹੜੇ ਚੰਗੇ ਕੰਮਾਂ ਵੱਲ ਧਿਆਨ ਦੇਣ, ਨੌਜਵਾਨਾਂ ਨੂੰ ਉਤਸ਼ਾਹ ਕਰਨ ਲਈ ਸਾਲਾਨਾ ਛਿੰਝ ਮੇਲਾ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ। ਬਹੁਤ ਬਹੁਤ ਲੋਕਾਂ ਦਾ, ਐਨ ਆਰ ਆਈ ਵੀਰਾਂ ਦਾ ਧੰਨਵਾਦ ਜਿਹੜੇ ਵੱਧ ਤੋਂ ਵੱਧ ਸਹਿਯੋਗ ਕਰ ਰਹੇ, ਬਹੁਤ ਬਹੁਤ ਇਹਨਾਂ ਦਾ ਧੰਨਵਾਦ।